ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਹੁਣ ਬਰੇਟ੍ਰਿਕ ਸਰਜਰੀ ਕਰਾਏ ਲਗਭਗ 3 ਸਾਲ ਹੋ ਗਏ, ਕਿੰਨਾ ਕੁ ਵਜ਼ਨ ਘਟਿਆ ਤੇ ਵਜ਼ਨ ਤੋਂ ਇਲਾਵਾ ਹੋਰ ਤੁਹਾਨੂੰ ਕੀ ਕੀ ਫਾਇਦਾ ਹੋਇਆ? ਮੇਰਾ ਤਾਂ ਵਜ਼ਨ 120 ਕਿਲੋ ਸੀਗਾ, ਜਿਹੜਾ ਮੇਰਾ 75 ਰਹਿ ਗਿਆ ਤੇ ਉਸ ਤੋਂ ਬਾਅਦ ਹੁਣ ਮੇਰੀ ਬਿਮਾਰੀਆਂ ਬਿਲਕੁਲ ਠੀਕ ਹੈ। ਜਿਹੜੇ ਮੈਨੂੰ ਬਲੱਡ ਪ੍ਰੈਸ਼ਰ ਸੀਗੇ ਇਹ ਕੋਈ 15 ਸਾਲਾਂ ਤੋਂ ਸੀ, ਉਹ ਠੀਕ ਹੈ। ਫਿਰ ਮੈਨੂੰ ਸ਼ੂਗਰ ਸੀਗੇ, 10-12 ਸਾਲ ਹੋ ਗਏ ਸ਼ੂਗਰ ਸੀਗੀ, ਹੁਣ ਮੇਰੇ ਕੋਈ ਦਵਾਈ ਨਹੀਂ ਖਾਂਦੀ, ਬਿਲਕੁਲ ਠੀਕ ਆ। ਚੱਲਣ ਲੱਗੇ ਸਾਹ ਬਹੁਤ ਚੜ੍ਹਦਾ ਸੀ, ਗੋਡੇ ਬਹੁਤ ਦਰਦ ਕਰਦੇ ਸੀ ਮੇਰੇ, ਚੱਲਿਆ ਨਹੀਂ ਜਾਂਦਾ ਸੀ, ਪਿੱਠ 'ਚ ਦਰਦ ਰਹਿੰਦੀ ਸੀ। ਫਿਰ ਮਾਈਗ੍ਰੇਨ ਸੀਗੀ, ਮੈਨੂੰ ਮਾਈਗ੍ਰੇਨ ਦੀ ਵੀ ਦਵਾਈ ਖਾਣੀ ਪੈਂਦੀ ਸੀ, ਪਰ ਜਦੋਂ ਦਾ ਆਪਰੇਸ਼ਨ ਕਰਾਇਆ ਸਾਰੀਆਂ ਦਵਾਈਆਂ ਹੁਣ ਬੰਦ ਹੈ ਮੇਰੀ, ਹੁਣ ਕੋਈ ਦਵਾਈ ਨਹੀਂ ਮੈਂ ਖਾਂਦੀ, ਬਿਲਕੁਲ ਠੀਕ ਹੈ। ਚੱਲਣ ਫਿਰਨ ਚ ਹੁਣ ਕਿਸ ਤਰ੍ਹਾਂ ਫੀਲ ਕਰਦਾ? ਚੱਲਣ ਫਿਰਨ ਚ ਤਾਂ ਮੈਂ ਕਾਫੀ ਤੁਰ ਲੈਂਦੀ ਹਾਂ, ਮੈਂ ਸਵੇਰੇ ਵੀ ਸੈਰ ਕਰਨ ਜਾਂਦੀ ਹਾਂ, ਸ਼ਾਮ ਨੂੰ ਵੀ 1.5 ਘੰਟਾ ਸੈਰ ਜਾਂਦੀ ਹਾਂ, ਤੇ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ। ਅੱਗੇ ਮੇਰੇ ਕੋਲ ਚੱਲਿਆ ਨਹੀਂ ਜਾਂਦਾ, ਸਾਹ ਚੜ੍ਹਦਾ ਸੀ ਬਹੁਤ ਜ਼ਿਆਦਾ, ਤੇ ਹੁਣ ਮੈਂ ਬਿਲਕੁਲ ਮਤਲਬ ਆਰਾਮ ਨਾਲ ਤੁਰ ਲੈਂਦੀ ਹਾਂ, ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਜਿਸ ਤਰ੍ਹਾਂ ਗੋਡਿਆਂ ਦੇ ਦਰਦ ਜਾਂ ਪਿੱਠ ਚ ਦਰਦ ਵਗੈਰਾ ਨਹੀਂ ਹੁੰਦੀ? ਹੁੰਦੀ, ਹੁਣ ਬਿਲਕੁਲ ਠੀਕ ਹੈ, ਮੇਰੇ ਗੋਡੇ ਵੀ ਠੀਕ ਹੈ ਤੇ ਪਿੱਠ ਚ ਵੀ ਨਹੀਂ, ਜਿੰਨਾ ਮਰਜ਼ੀ ਹੁਣ ਤੁਰ ਲਵਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਆਪਰੇਸ਼ਨ ਕਰਕੇ ਕੋਈ ਮਾੜੀ ਚੀਜ਼ ਜਿਹੜੀ ਤੁਹਾਨੂੰ ਹੁਣ ਫੀਲ ਹੁੰਦੀ ਹੈ, ਏਦਾਂ ਕੁਛ ਹੈ? ਮੈਨੂੰ ਏਦਾਂ ਦੀ ਤਾਂ ਕੋਈ ਗੱਲ ਨਹੀਂ, ਮੈਨੂੰ ਤਾਂ ਸੋ ਠੀਕ ਹੀ ਲੱਗਿਆ, ਜ਼ਿਆਦਾ ਹੀ ਅੱਛਾ ਫੀਲ ਹੋ ਰਿਹਾ ਮੈਨੂੰ ਤਾਂ, ਸਗੋਂ ਬਲਕਿ ਐਕਟਿਵ ਹੋ ਜਾਂਦਾ। ਕਿਸੇ ਹੋਰ ਨੇ ਵੀ ਕਰਾਈ? ਹਾਂ, ਮੇਰੀ ਸਿਸਟਰ ਨੇ ਵੀ ਕਰਾਈ ਹੈ, ਉਹਨਾਂ ਨੂੰ ਵੀ ਬਹੁਤ ਫਰਕ ਹੈ, ਬਿਮਾਰੀਆਂ ਕਾਫੀ ਠੀਕ ਹੈ। ਥੈਂਕ ਯੂ।